ਬਾਵਲਦੀਨ ਵਿੱਚ ਮੇਰੇ ਨਾਲ ਮੌਜੂਦ ਨੇ ਫਖਰੇ ਮੰਡੀ ਬਾਵਲਦੀਨ, ਸੁਹੇਲ ਅਨਵਰ ਗੋਂਦਲ, ਕਬੱਡੀ ਦੇ ਬੜੇ ਮਾਇਨਾਜ਼ ਖਿਲਾੜੀ ਨੇ। ਤੁਸੀਂ ਇਹਨਾਂ ਨੂੰ ਅਕਸਰ ਕਬੱਡੀ ਦੇ ਮੈਦਾਨਾਂ ਵਿੱਚ ਦੇਖਦੇ ਹੋਵੋਗੇ, ਕਬੱਡੀ ਖੇਡਦੇ, ਲੇਕਿਨ ਅੱਜ ਇਹਨਾਂ ਨਾਲ ਗੁਫ਼ਤਗੂ ਕਰਾਂਗੇ ਇਹਨਾਂ ਦੀ ਪਰਸਨਲ ਲਾਈਫ ਦੇ ਬਾਰੇ 'ਚ, ਕਿ ਪਰਸਨਲ ਲਾਈਫ ਵਿੱਚ ਕਿਸ ਤਰ੍ਹਾਂ ਦੇ ਆ ਕਿ ਪਰਸਨਲ ਲਾਈਫ ਵਿੱਚ ਕਿਸ ਤਰ੍ਹਾਂ ਦੇ ਇਨਸਾਨ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ ਸੁਹੇਲ ਸਾਹਿਬ ਜੀ? ਅਲਹਮਦੁਲਿਲਾਹ ਜੀ। ਸੁਹੇਲ ਸਾਹਿਬ, ਤੁਹਾਡੇ ਡੇਰੇ ਤਾਂ ਮੌਜੂਦ ਆ, ਡੇਰਾ ਬਣੇ ਆ, ਲੋਕ ਆ ਰਹੇ ਨੇ, ਖਾਣਾ ਫੀ ਫਰੀ ਖਾ ਰਹੇ ਨੇ, ਤੁਸੀਂ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਵੀ ਟ੍ਰੇਨ ਕਰ ਰਹੇ ਹੋ, ਤਾਂ ਕਬੱਡੀ ਜਿਤਨੇ ਪੈਸੇ ਹਨ ਕਿ ਸਾਰਾ ਕੁਝ ਮੈਨੇਜ ਹੋ ਸਕਦਾ ਮਾੜੀ ਮੋਟੀ ਗੱਡੀ ਵੀ ਰੱਖੀ ਹੈ, ਕੱਪੜੇ ਜੁੱਤੀ ਵੀ ਚੰਗਾ ਲਾਏ ਆ ਜੀ। ਮਾਸ਼ਾਅੱਲਾ, ਕੋਈ ਵੀ ਜਿਹੜਾ ਅੱਛਾ ਖਿਲਾੜੀ ਉਹ ਮਹੀਨੇ ਦਾ 3 ਲੱਖ ਰੁਪਇਆ ਈਜ਼ੀ ਕਮਾ ਲੈਂਦਾ, ਅਤੇ ਪਰ ਇਹ ਖਿਲਾੜੀ ਤਾਂ ਹੁੰਦਾ ਕਿ ਉਹ ਆਪਣੀ ਜ਼ਾਤ 'ਤੇ ਲਾਉਂਦਾ ਜਾਂ ਜੋ ਨੌਜਵਾਨ ਬੱਚੇ ਤਿਆਰ ਹੋ ਰਹੇ ਹਨ ਉਹਨਾਂ 'ਤੇ ਵੀ ਲਾਉਂਦਾ। ਸਾਡਾ ਇਹ ਮਕਸਦ ਹੈ ਕਿ ਨੌਜਵਾਨ ਬੱਚੇ ਤਿਆਰ ਕਰੀਏ, ਉਹਨਾਂ ਨਸ਼ੇ ਫਾਸ਼ੇ ਤੋਂ ਬਚਾ ਕੇ ਗੇਮਾਂ ਦੀ ਤਰਫ ਲੈ ਕੇ ਆਵੀਏ, ਤਾਂ ਕਿ ਉਹ ਇੱਕ ਅੱਛੇ ਇਨਸਾਨ ਬਣਨ, ਇੱਕ ਕਾਮਯਾਬ ਖਿਲਾੜੀ ਬਣ ਕੇ ਉਹਨਾਂ ਦਾ ਵੀ ਰੁਜ਼ਗਾਰ ਬਣ ਜਾਏ। ਅੱਛਾ, ਖਿਲਾੜੀ ਉਦੋਂ ਤੱਕ ਪੈਸੇ ਕਮਾਉਂਦਾ ਜਦੋਂ ਤੱਕ ਉਹ ਮੈਦਾਨ ਵੀ ਦੇ ਵਿੱਚ ਹੈ, ਅਗਰ ਉਹਨੂੰ ਕੋਈ ਇੰਜਰੀ ਹੋ ਜਾਂਦੀ ਹੈ ਜਾਂ ਮੈਦਾਨ ਤੋਂ ਦੂਰ ਜਾਣਾ ਪੈਂਦਾ, ਫਿਰ ਉਹਦੀ ਕਿਸ ਤਰ੍ਹਾਂ ਸਿਕਿਓਰ ਆ ਉਹ ਲਾਈਫ? ਸਰ, ਇਹ ਬਹੁਤ ਜ਼ਿਆਦਾ ਇਸ਼ੂ ਹੈ ਜਿਹੜੇ ਸਾਡੇ ਵਾਲਦੈਨ ਰੋਕਦੇ ਨੇ, ਉਹ ਵੀ ਇਸ ਵਜ੍ਹਾ 'ਤੇ ਰੋਕਦੇ ਨੇ ਕਿ ਜਿਸ ਟਾਈਮ ਤੁਹਾਨੂੰ ਕੋਈ 60 ਲੱਗ ਜਾਂਦੀ ਹੈ ਤਾਂ ਫਿਰ ਕੋਈ ਵੀ ਤੁਹਾਡਾ ਸੰਗੀ ਨਹੀਂ ਬਣਦਾ, ਅਤੇ ਮੇਨ ਜਿਹੜੀ ਮੋਹਰਿਆਂ ਦੀ ਪ੍ਰੋਬਲਮ ਜਿਸ ਟਾਈਮ ਬਣੀ ਹੈ ਉਸ ਟਾਈਮ ਮੇਰਾ ਵੀ ਬਿਲਕੁਲ ਮੋਬਾਇਲ 'ਤੇ ਕੋਈ ਕਾਲ ਨਾ ਜਾਂਦੀ, ਹੁਣ ਦੋ ਦੋ ਫੋਨ ਰੱਖੇ ਤਾਂ ਵੱਜਦੇ ਰਹਿੰਦੇ ਨੇ, ਜਿਸ ਟਾਈਮ ਤੁਹਾਨੂੰ 60 ਲੱਗ ਜਾਂਦੀ ਹੈ ਫਿਰ ਤੁਹਾਡਾ ਕੋਈ ਵੀ ਨਹੀਂ। ਅੱਛਾ, ਜਦੋਂ ਤੱਕ ਮੈਦਾਨ 'ਚ ਖਲੋਤੇ ਤੁਸੀਂ ਸਟਾਰ ਹੋ, ਮੈਦਾਨ 'ਚੋਂ ਬਾਹਰ ਜ਼ੀਰੋ ਹੋ ਜਾਂਦੇ। ਜੇ 60 ਤੁਹਾਨੂੰ ਲੱਗ ਜਾਏ ਜਾਂ ਤੁਹਾਡੀ ਗੇਮ ਨਹੀਂ ਅੱਛੀ ਤਾਂ ਫਿਰ ਤੁਸੀਂ ਜ਼ੀਰੋ ਹੀ ਹੋ, ਗੇਮ ਅੱਛੀ ਹੈ ਤਾਂ ਫਿਰ ਤੁਹਾਡੇ ਪਿੱਛੇ ਤਾੜੀਆਂ ਮਾਰਨਿਆਂ ਦੀ ਲੈਣਾ ਲੱਗੀਆਂ। ਅੱਛਾ, ਤੁਸੀਂ ਕਦੋਂ ਦੀ ਕਬੱਡੀ ਖੇਡਦੇ ਹੋ, ਕਿਤਨਾ ਅਰਸਾ ਹੋ ਗਿਆ, ਅਤੇ ਜਿਹੜਾ ਸ਼ੁਰੂ ਕੀਤਾ ਸੀ ਤਾਂ ਕਿਸਾਂ ਕੋਈ ਆਸਾਨੀ ਜਾਂ ਮੁਸ਼ਕਲ ਹੋਈ ਸੀ? ਜੇ ਮੈਨੂੰ ਤਕਰੀਬਨ 20 ਸਾਲ ਹੋ ਗਏ ਨੇ ਕਬੱਡੀ ਖੇਡਦੇ ਹਾਂ, ਸਟਾਰਟ ਵਿੱਚ ਤਾਂ ਹਰ ਪਲੇਅਰ ਨੂੰ ਮੁਸ਼ਕਲ ਹੁੰਦੀ ਹੈ, ਅੱਗੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ, ਅਤੇ ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ, ਕੋਈ ਇੱਕ ਖਿਲਾੜੀ ਵੀ ਮੇਰੇ ਕੋਲ ਨੱਸ ਜਾਏਗਾ ਤਾਂ ਹੀਰੋ ਬਣ ਜਾਏਗਾ, ਤੁਸੀਂ ਮਿਹਨਤ ਕਰੋ ਅਤੇ ਇਨਸ਼ਾਅੱਲਾ ਅੱਛੇ ਖਿਲਾੜੀ ਸੋਸ਼ਲ ਮੀਡੀਆ ਤੁਹਾਨੂੰ ਮਿੰਟਾਂ ਵਿੱਚ ਬਣਾ ਦੇਵੇਗਾ। ਅੱਛਾ, ਕਬੱਡੀ ਅਸੀਂ ਦੇਖਣ ਜਾਂਦੇ ਹਾਂ, ਉੱਥੇ ਇਹ ਕਿਹਾ ਜਾਂਦਾ ਵੀ ਇਹ ਸਾਰਾ ਕੁਝ ਪਹਿਲਾਂ ਪ੍ਰੀ ਪਲਾਨ ਹੁੰਦਾ ਵਾ, ਆਪਸੀ ਪਲੇਅਰ ਮੁੱਕੇ ਹੁੰਦੇ ਨੇ ਕਿਹਨਾਂ ਨਸਣਾ ਵਾ ਕਿਹਨਾਂ ਨਸਾਣਾ ਵਾ, ਇਹ ਗੱਲ ਸਹੀ ਹੈ? ਗੱਲ ਇਤਨੀ ਸਹੀ ਹੈ, ਅਗਰ ਪੈਸੇ ਲੈ ਕੇ ਪ੍ਰੀ ਪਲਾਨ ਹੋ ਜਾਂਦੇ ਨੇ, ਅਗਰ ਮੈਂ ਤੁਹਾਨੂੰ ਆਖਾਂ ਬਸ ਤੁਸੀਂ ਮੈਨੂੰ ਸਿਰਫ ਇੱਕ ਚੰਡ ਮਾਰਨ ਦਿਓ ਅਤੇ ਮੈਂ ਤੁਹਾਨੂੰ 20,000 ਰੁਪਇਆ ਕੈਸ਼ ਵੀ ਦਿੰਦਾ, ਸਿਰਫ ਇੱਥੇ ਗਰਾਊਂਡ ਦੀਆਂ ਬੰਦਿਆਂ ਨੇ ਵੇਖਣਾ, ਕੱਲ੍ਹ ਤੁਹਾਡੀ ਵੀਡੀਓ ਅਪਲੋਡ ਹੋਵੇਗੀ ਅਤੇ ਪੂਰੀ ਦੁਨੀਆ ਤੁਹਾਨੂੰ ਵੇਖੇਗੀ, ਤੁਸੀਂ ਇਹ ਕਰ ਲਓ ਅਤੇ 20 ਤੋਂ ਥੋੜ੍ਹਾ ਵੱਧ ਉਹ ਕਰ ਲੈ ਸਾਨੂੰ ਤਾਂ 10-10 ਹਜ਼ਾਰ ਲੱਭਦਾ ਲੈਣਾ, ਤਾਂ ਤੁਸੀਂ 20 ਤੋਂ ਬਿਨਾਂ ਰਾਜ਼ੀ ਫਿਰ ਕਿਵੇਂ ਬੰਦਾ, ਇੱਜ਼ਤ ਨਾਲ ਅੱਗੇ ਕੋਈ ਚੀਜ਼ ਨਹੀਂ ਪਿਆਰੀ। ਅੱਛਾ, ਇਹ ਪਲੇਅਰ ਜਿਤਨੇ ਵੀ ਜ਼ਿਆਦਾਤਰ ਉਹਨਾਂ ਨੂੰ ਇੰਜਰੀ ਹੁੰਦੀ ਹੈ ਕਮਰ ਦੀ ਹੈ, ਇਹ ਜਿਹੜਾ ਬੁਢਾਪੇ 'ਚ ਜਾਂਦੇ ਨੇ ਤਾਂ ਇਹਨਾਂ ਨੂੰ ਮੁਸ਼ਕਲ ਨਹੀਂ ਹੁੰਦੀ, ਆਦਮੀ ਬੁਢਾਪੇ ਜਾ ਕੇ ਖਤਮ ਹੋ ਜਾਂਦੇ ਨੇ? ਨਹੀਂ, ਤੁਹਾਡੀ ਖੁਰਾਕ ਅੱਛੀ ਹੋਵੇ ਤਾਂ ਫਿਰ ਮਰਦ ਬੁੜਾ ਹੁੰਦੇ ਨਹੀਂ, ਕਿਉਂਕਿ ਜਿਹੜਾ ਵੀ ਖਿਲਾੜੀ ਉਹਦੀ ਆਮ ਇਨਸਾਨ ਨਾਲ ਅੱਛੀ ਖੁਰਾਕ ਹੁੰਦੀ ਹੈ, ਔਰ ਉਹ ਦੂਜਿਆਂ ਬੰਦਿਆਂ ਨਾਲ ਜ਼ਿਆਦਾ ਦੇਰ ਜਿੰਦਾ ਵੀ ਹੈ ਔਰ ਅੱਛੇ ਤਰੀਕੇ ਨਾਲ ਜਿੰਦਾ ਵੀ ਹੈ। ਤੁਹਾਡੀ ਅਗਰ ਗੇਮ ਖਤਮ ਹੀ ਹੋ ਗਈ ਹੈ ਤਾਂ ਉਹ ਰੈਗੂਲਰ ਆਪਣੀ ਵਾਕ ਜਾਂ ਟ੍ਰੇਨਿੰਗ ਕਰਦਾ ਰਹਿੰਦਾ ਅਤੇ ਉਸਨੂੰ ਇਤਨਾ ਅਸਰ ਨਹੀਂ ਪਾਉਂਦਾ। ਕੀ ਖੁਰਾਕ ਹੈ ਤੁਹਾਡੀ, ਇੱਕ ਨਾਰਮਲ ਬੰਦੇ ਨਾਲੋਂ ਕਿਤਨੀ ਕੁ ਜ਼ਿਆਦਾ ਖੁਰਾਕ ਹੈ? ਜ਼ਿਆਦਾ ਮਸਲਾ ਸਾਡਾ ਇਹ ਨਾਰਮਲ ਅਤੇ ਸਾਡੇ ਵਿੱਚ ਫਰਕ ਇਹ ਕਿ ਅਸੀਂ ਫਾਸਟ ਫੂਡ, ਪੀਜ਼ਾ ਵਗੈਰਾ ਜਾਂ ਕੋਈ ਬੋਤਲ ਵਗੈਰਾ ਯੂਜ਼ ਨਹੀਂ ਕਰਦੇ, ਓਰੀਜਨਲ ਚੀਜ਼ਾਂ ਯੂਜ਼ ਕਰਦੇ ਹਾਂ, ਦੁੱਧ, ਮੱਖਣ, ਦੇਸੀ ਘੀ, ਮਟਨ, ਜਿਨ੍ਹਾਂ ਵਿੱਚ ਤਾਕਤ ਹੈ ਉਹ ਚੀਜ਼ਾਂ ਯੂਜ਼ ਕਰਦੇ ਹਾਂ, ਜਿਹੜੀਆਂ ਬੱਚੇ ਮੰਮੀ ਡੈਡੀ ਚੀਜ਼ਾਂ ਯੂਜ਼ ਕਰਦੇ ਨੇ ਉਹ ਅਸੀਂ ਨਹੀਂ ਖਾਂਦੇ। ਪੀਜ਼ਾ ਬਰਗਰ ਨਹੀਂ? ਪੀਜ਼ਾ ਬਰਗਰ ਬਿਲਕੁਲ, ਬੋਤਲ ਕੋਈ ਕਦੇ ਗਿਰਿਆ ਵੀ ਨਹੀਂ? ਨਹੀਂ, ਕਦੇ ਵੀ ਨਹੀਂ। ਅੱਛਾ, ਤੁਹਾਡੀ ਜਿਸਮ ਜਿਹੜੀ ਆ ਉਹ ਬਿਲਕੁਲ ਮਤਲਬ ਭਲਵਾਨਾ ਆਰਦੀ ਨਹੀਂ ਹੈ, ਜਾਂ ਭਲਵਾਨ ਹੁੰਦੇ ਜਾਂ ਡੋਲੇ ਛੋਲੇ ਆ, ਛਾਤੀ ਛੂਤੀ ਨਿਕਲੀ ਆ, ਉਹ ਤੁਹਾਡੀ ਚੀਜ਼ ਨਹੀਂ, ਇਹਦੀ ਕੀ ਵਜ੍ਹਾ? ਬਸ ਕੁਦਰਤੀ ਅੱਲਾ ਪਾਕ ਦੀ ਤਰਫੋਂ ਹੀ ਫਿਰ ਇਤਨਾ ਜਿਸਮ ਹੋਣ 'ਤੇ ਕੁਝ ਹੋ ਗਿਆ ਬਿਹਤਰ। ਸਟਾਰਟ ਵਿੱਚ ਤਾਂ ਬਿਲਕੁਲ ਮਹਿਸੂਸ ਹੀ ਨਾ ਹੀ ਹੁੰਦਾ, ਅਸੀਂ ਜਿਸ ਟਾਈਮ ਹੈ ਇੱਦਾਂ ਗੁਜਰ ਖਾਂ ਰਵਾਤ ਲੋ ਮੈਚ ਖੇਡ ਕੇ ਆਉਂਦੇ ਆਈਏ, ਇੱਕ ਹੋਰ ਮੇਰਾ ਦੋਸਤ ਹੈ ਉਹਦਾ ਜਿਸਮ ਮੇਰੇ ਆ ਰਹੀ ਆਈ ਸੁਪਤੈਨ ਜ਼ੋਨਾ, ਅਤੇ ਪੁਲਿਸ ਵਾਲੇ ਸਨ, ਰੋਕ ਲੈਂਦੇ ਸਨ, ਟਰਾਫੀਆਂ ਆਉਂਦੀਆਂ ਨੇ, ਅਸੀਂ ਇਹ ਜਾਂਦੇ ਅਸੀਂ ਕ੍ਰਿਕਟ ਖੇਡ ਕੇ ਆ ਰਹੇ ਹਾਂ, ਕਿਉਂਕਿ ਕਬੱਡੀ ਦਾ ਦਿਨ ਮੰਨਣਾ ਨੇ। ਅੱਛਾ, ਕਬੱਡੀ ਉਹ ਜਿਹੜੀ ਹੈ ਪਾਕਿਸਤਾਨ ਲੈਵਲ ਦਾ ਵੀ ਖੇਡੀ ਜਾਂਦੀ ਹੈ, ਬੜੇ ਬੜੇ ਮਾਇਨਾਜ਼ ਖਿਲਾੜੀ, ਤੁਹਾਨੂੰ ਅਸਾਂ ਕਦੇ ਨਹੀਂ ਦੇਖਿਆ ਇੰਟਰਨੈਸ਼ਨਲੀ ਪਾਕਿਸਤਾਨ ਨੂੰ ਰਿਪ੍ਰਜੈਂਟ ਕਰਦੇ ਹਾਂ? ਮੈਨੂੰ ਮੋਹਰਿਆਂ ਦਾ ਮਸਲਾ ਬਣ ਗਿਆ ਸੀ, ਕੋਈ 5-7 ਸਾਲ ਹੀ ਖੇਡ ਰਿਹਾ ਅਤੇ ਜਿਸ ਟਾਈਮ ਇੰਟਰੀ ਹੋਣੀ ਸੀ ਸਰਕਲ ਕਬੱਡੀ ਦੇ ਵਿੱਚ ਪਾਕਿਸਤਾਨ ਲੈਵਲ 'ਤੇ, ਤਾਂ ਉਸ ਟਾਈਮ ਮਸਲਾ ਬਣ ਗਿਆ ਮੋਹਰਿਆਂ ਦਾ, ਡਾਕਟਰਾਂ ਫਿਰ ਆ ਕੇ ਤੁਸੀਂ ਰੈਸਟ ਕਰੋ ਨਹੀਂ ਤਾਂ ਤੁਹਾਡੀ ਜ਼ਿੰਦਗੀ ਦਾ ਅੱਜ ਮਸਲਾ ਹੈ, ਅਤੇ ਫਿਰ ਰੈਸਟ ਕੀਤੀ ਹੈ, ਹੁਣ ਮਾਸ਼ਾਅੱਲਾ ਫਿਰ ਟ੍ਰੇਨਿੰਗ ਸ਼ੁਰੂ ਕੀਤੀ ਹੈ, 2024 ਵਿੱਚ ਇਨਸ਼ਾਅੱਲਾ ਅਸੀਂ ਪਾਕਿਸਤਾਨ ਲੈਵਲ 'ਤੇ ਸਰਕਲ ਵੀ ਖੇਡਾਂਗੇ। ਅੱਛਾ, ਤੁਸੀਂ ਇੱਥੇ ਜਿਹੜੀ ਟ੍ਰੇਨਿੰਗ ਦਿੰਦੇ ਹੋ, ਤੁਹਾਡਾ ਕੋਈ ਸ਼ਾਗਿਰਦ ਸਟੂਡੈਂਟ ਜਿਹੜਾ ਵਾ ਉਹ ਕਿਹੜਾ ਰਿਪ੍ਰਜੈਂਟ ਵੀ ਕੀਤਾ ਕਿਸੇ ਗਰਾਊਂਡ ਵਿੱਚ? ਪ੍ਰੀਜੈਂਟ ਸਰ ਤਾਂ ਕਰਨ ਜੇ ਕੋਈ ਸਾਡੇ ਜਿਤਨੀ ਮਾਰ ਖਾਣ ਜਾਂ ਸਾਡੇ ਜਿਤਨਾ ਵਰਸਾ ਗੇਮ ਨੂੰ ਦੇਣ, ਜਿਹੜਾ ਵੀ ਖਿਲਾੜੀ ਆਉਂਦਾ ਉਹ ਸਾਡਾ ਸੋਸ਼ਲ ਮੀਡੀਆ 'ਤੇ ਸਿਸਟਮ ਉਸ ਵੇਖਿਆ ਆਉਂਦਾ, ਉਹਦਾ ਇਹ ਹੀ ਦਿਲ ਹੁੰਦਾ ਬਸ
ਬੁੱਢੇ ਜਿਹੜੇ ਵਡੇਰੇ ਸਾਡੇ ਨੇ ਉਹ ਸੁਬਹਾ ਸੁਬਹਾ ਦੁੱਧ ਲੈਣ ਜਾਂਦੇ ਹੁੰਦੇ ਹਨ, ਅਤੇ ਮੈਂ ਨਿੱਕਰ ਪਾ ਕੇ ਤੇਲ ਲਾ ਕੇ ਦੌੜਦਾ ਪਿਆਉਂਦਾ ਸੀ, ਅਤੇ ਮੈਂ ਦਾਦੇ ਦਾ ਨਾਮ ਲਿਆਉਣ ਆ ਕੇ ਬਸ ਛੋਰੇ ਦਾ ਇਲਾਜ ਕਰਾਓ, ਪਾਗਲ ਹੋ ਗਿਆ, ਆਵਾਮ ਤੁਹਾਡੀ ਰਜ਼ਾਈਆਂ 'ਚ ਵਾੜ ਕੇ ਸੁੱਤੀ ਹੈ ਅਤੇ ਨੰਗਾ ਵੱਜਦਾ ਫਿਰਦਾ, ਇਹ ਬੜੀ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਤੁਹਾਨੂੰ ਮੁਕਾਮ ਮਿਲਦਾ। ਤਾਂ ਵਲਦਾਨ ਨੇ ਸਪੋਰਟ ਕੀਤਾ ਇਹ ਸ਼ੁਰੂ 'ਚ ਕੋਨੇ ਕੀਤਾ? ਸਰ ਵਾਲਦੈਨ ਨੇ ਮਿਹਨਤ ਬਿਲਕੁਲ ਉਹਨਾਂ 0% ਵੀ ਸਪੋਰਟ ਨਹੀਂ ਕੀਤੀ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਟਾਈਮ ਵਾਲਦੈਨ ਹੁਣ ਬੱਚਿਆਂ ਨੇ ਇੱਥੇ ਮੇਰੇ ਕੋਲ ਆ ਕੇ ਛੱਡ ਦੇਣ, ਆ ਕੇ ਬਸ ਤੁਸੀਂ ਇਹ ਬੱਚਾ ਤੁਹਾਡੇ ਹਵਾਲੇ, ਤੁਸੀਂ ਇਹਨੂੰ ਅੱਛਾ ਪਲੇਅਰ ਬਣਾਓ, ਔਰ ਮੈਂ ਬੜੀ ਖੁਸ਼ੀ ਹੁੰਦੀ ਹੈ। ਅਤੇ ਫਿਰ ਇਹਨਾਂ ਨੂੰ ਮੈਂ ਸਮਝਾਉਂਦਾ ਵੀ ਹਾਂ ਬਸ ਤੁਸੀਂ ਖੁਸ਼ਕਿਸਮਤ ਹੋ ਕੇ ਦੁਆਨ ਵਾਲਦੈਨ ਇਤਨੀ ਸਪੋਰਟ ਕਰ ਰਹੇ ਹਨ, ਪਰ ਮੈਨੂੰ ਬਿਲਕੁਲ ਸਪੋਰਟ ਨਾ ਆਈ ਅਤੇ ਮੈਂ ਇਤਨਾ ਅੱਛਾ ਖਿਲਾੜੀ ਬਣ ਗਿਆ ਜਾਂ ਇਤਨਾ ਸੈਟਅਪ ਬਣ ਗਿਆ, ਅਗਰ ਦੁਆਨ ਸਪੋਰਟ ਵੀ ਹੋਵੇ ਬੈਕ ਤਾਂ ਮੈਂ ਵੀ ਆਵਾਂ, ਫਿਰ ਵੀ ਤੁਸੀਂ ਖਿਲਾੜੀ ਨਾ ਬਣੋ ਤਾਂ ਤੁਹਾਡੀ ਬਦਕਿਸਮਤੀ ਹੈ। ਅੱਛਾ, ਇੱਕ ਸਟੂਡੈਂਟ ਤੁਹਾਡੇ ਕੋਲ ਆਇਆ, ਉਹਦੇ 'ਚ ਕੀ ਖੂਬੀ ਹੋਣੀ ਚਾਹੀਦੀ ਹੈ ਵੀ ਔਰ ਕਬੱਡੀ ਦਾ ਅੱਛਾ ਪਲੇਅਰ ਬਣ ਸਕਦਾ, ਕੀ ਖੂਬੀ ਹੋਵੇ ਤੁਹਾਡੇ ਕੋਲ ਆ ਜਾਵਾ? ਉਹ ਖੂਬੀ ਇਹੀ ਉਹਦੇ ਵਿੱਚ ਹੋਣੀ ਚਾਹੀਦੀ ਹੈ ਕਿ ਹੁਣ ਸ਼ੌਕ ਹੋਣਾ ਚਾਹੀਦਾ, ਮੈਂ ਇੱਕ ਅੱਛਾ ਖਿਲਾੜੀ ਬਣਨਾ, ਔਰ ਮੈਂ ਲੰਗੋਟਾ ਜਿਹੜਾ ਉਹ ਸਾਫ਼ ਰੱਖਣਾ, ਕੋਈ ਬੁਰਾਈ ਐਪ ਨਹੀਂ ਉਹਦੇ ਹੋਣਾ ਚਾਹੀਦੀ, ਨਸ਼ੇ ਫਾਸ਼ੀ ਤੋਂ ਉਸਨੂੰ ਦੂਰ ਹੋਣਾ ਚਾਹੀਦਾ, ਅਤੇ ਖੁਰਾਕ ਜਿਹੜੀ ਉਹ ਤੁਸੀਂ ਨਾਰਮਲ ਵੀ ਅਗਰ ਯੂਜ਼ ਕਰਦੇ ਹੋ ਤਾਂ ਅੱਲਾਹ ਪਾਕ ਤੁਹਾਨੂੰ ਇੱਜ਼ਤ ਦਿੰਦਾ, ਤੁਹਾਡਾ ਲੰਗੋਟਾ ਸਾਫ਼ ਹੋਣਾ ਚਾਹੀਦਾ, ਔਰ ਤੁਸੀਂ ਜਿਹੜੀ ਮਿਹਨਤ ਹੈ ਉਹ ਤੁਸੀਂ ਜਿਤਨੀ ਜ਼ਿਆਦਾ ਮਿਹਨਤ ਕਰਨੀ ਇਤਨਾ ਅੱਛਾ ਖਿਲਾੜੀ ਬਣਨਾ। ਅੱਛਾ, ਇੱਕ ਹੋਰ ਵੀ ਮਿੱਥ ਹੈ, ਪਹਿਲਵਾਨ ਜਿਹੜੇ ਦਿਨ ਸ਼ਾਦੀ ਨਹੀਂ ਕਰਦੇ ਆਦਿਆਂ ਸਾਡੀ ਤਾਕਤ ਘੱਟ ਜਾਏਗੀ, ਇਹ ਕੀ ਵਜ੍ਹਾ, ਸਹੀ ਘੱਟਦੀ ਹੈ ਜਾਂ ਗੱਲ ਨਹੀਂ ਬਣੀ? ਨਹੀਂ, ਸ਼ਾਦੀ ਜਿਹੜੀ ਉਹ ਹਲਾਲ ਹੈ ਤੁਹਾਡੇ ਵਾਸਤੇ, ਸ਼ਾਦੀ ਨਾਲ ਕੋਈ ਫਰਕ ਨਹੀਂ ਪੈਂਦਾ, ਸ਼ਾਦੀ ਨਾਲ ਕੋਈ ਫਰਕ ਨਹੀਂ ਪੈਂਦਾ, ਆਰਾਮ ਜਿਹੜਾ ਤੁਸੀਂ ਜਨਾਹ ਕਰਨਾ ਉਹਦਾ ਫਰਕ ਪਾਉਂਦਾ, ਹਲਾਲ ਵਿੱਚ ਤਾਂ ਨੁਕਸਾਨ ਹੋ ਹੀ ਨਹੀਂ ਸਕਦਾ ਬੰਦੇ ਦਾ। ਅੱਛਾ, ਕਿੰਨਾ ਦੁੱਧ ਤੁਸੀਂ ਪੀ ਲੈਂਦੇ ਹੋ, ਕੋਈ ਖੁਰਾਕ ਸ਼ਾਕ ਆਪਣੀ ਦੱਸੋ ਨਾ ਕੋਈ ਦਿਹਾੜ ਜਾਂ ਨਾਰਮਲ ਹੀ ਹੈ? ਨਹੀਂ ਨਾਰਮਲ ਤਾਂ ਕੋਈ ਨਹੀਂ, ਖੁਰਾਕ ਜਿਹੜੀ ਪਹਿਲਵਾਨਾਂ ਦੀ ਉਹ ਆਮ ਬੰਦਾ ਤਾਂ ਨਹੀਂ ਅਫੋਰਡ ਕਰ ਸਕਦਾ। ਕਿਹੋ ਖੁਰਾਕ ਹੈ? ਖੁਰਾਕ ਇਹੀ, ਅਸੀਂ ਦੇਸੀ ਚਿਕਨ ਜਿਹੜਾ ਉਹ ਡੇਲੀ ਯੂਜ਼ ਕਰਨਾ ਹੁੰਦਾ ਜਾਂ ਮਟਨ ਖਾਣੇ ਵਿੱਚ ਉਹ ਹੁੰਦਾ, ਬਦਾਮ ਜਿਹੜੇ ਪਾ, ਇੱਕ ਬਦਾਮ ਹੁੰਦੇ ਨੇ ਉਹਨਾਂ ਦਾ ਗੋਟਾ ਜਿਹੜਾ ਉਹ ਅਸੀਂ ਸੁਬਹਾ ਪੀਂਦੇ ਹਾਂ, ਉਹ 2 ਤੋਂ 3 ਲੀਟਰ ਜਿਹੜਾ ਦੁੱਧ ਪੀਣਾ ਹੁੰਦਾ, ਉਸ ਤੋਂ ਇਲਾਵਾ ਜਿਹੜਾ ਫਰੂਟ ਹੈ ਉਹ ਅਸੀਂ ਖਾਂਦੇ ਹਾਂ, ਕੇਲਾ ਸੇਬ ਡਰਾਈ ਫਰੂਟ ਜਿਹੜਾ ਉਹ ਵੀ ਯੂਜ਼ ਕਰਦੇ ਹਾਂ, ਖੁਰਾਕ ਮਾਸ਼ਾਅੱਲਾ ਬੜੀ ਹੈਵੀ ਹੈ ਤਾਂ ਹੀ ਜਾ ਕੇ ਫਿਰ ਤੁਸੀਂ ਪਹਿਲਵਾਨਾਂ ਨਾਲ ਮੁਕਾਬਲਾ ਕਰ ਸਕਦੇ ਹੋ। ਅੱਛਾ, ਪਰਸਨਲ ਲਾਈਫ ਵੀ ਤੁਸੀਂ ਕਿਸ ਤਰ੍ਹਾਂ, ਮਤਲਬ ਦੋਸਤੀ ਯਾਰੀ ਜ਼ਿਆਦਾ ਪਸੰਦ ਆ ਜਾਂ ਇਕੱਲਿਆਂ ਰਹਿਣਾ ਜ਼ਿਆਦਾ ਪਸੰਦ ਆ, ਕੀ ਤੁਸੀਂ ਜਿਲ੍ਹਾ ਫ੍ਰੀ ਹੁੰਦੇ ਹੋ ਕੀ ਕਰਦੇ ਹੋ? ਜੀ ਮੈਨੂੰ ਤਾਂ ਇਕੱਲਿਆਂ ਰਹਿਣਾ ਬਹੁਤ ਪਸੰਦ ਹੈ, ਇੱਥੇ ਮੈਂ ਆਪਣਾ ਇਕੱਲਾ ਬੜਾ ਸਕੂਨ ਵਿੱਚ ਰਹਿੰਦਾ, ਮਤਲਬ ਇਕੱਲਿਆਂ ਰਹਿਣਾ ਜ਼ਿਆਦਾ ਪਸੰਦ ਆ। ਦੋਸਤੀ ਯਾਰੀ ਇਸ ਦੌਰ ਵਿੱਚ ਹੈ ਹੀ ਕੋਈ ਨਾ, ਹੁਣ ਤੁਸੀਂ ਜਿਹੜਾ ਖਿਲਾੜੀ ਤਿਆਰ ਕਰਨਾ ਕੱਲ੍ਹ ਉਸ ਵੀ ਦਾਨੀ ਚੈਲੇਂਜ ਕਰਨਾ ਹੈ, ਕਿਉਂਕਿ ਖਾਨਦਾਨੀ ਬੰਦੇ ਹੁਣ ਹੈ ਨਹੀਂ ਕੋਈ, ਨਾ ਕੋਈ ਖਾਨਦਾਨੀ ਸ਼ਗਿਰਦ ਰਹਿ ਗਏ, ਸ਼ਗਿਰਦ ਵੀ ਜਿਹੜੇ ਨੇ ਉਹ ਵੀ ਦੈਨ ਉਸਤਾਦਾਂ ਨੇ ਚਾੜ ਦੇਣਾ, ਅਸੀਂ ਤੁਹਾਡੇ ਵਾਸਤੇ ਟ੍ਰੇਨਿੰਗ 'ਤੇ ਆ ਗਏ ਹਾਂ, ਅਤੇ ਮੈਂ ਉਹਨਾਂ ਨੂੰ ਕਹਿੰਦਾ ਵਾ ਤੁਹਾਡੀ ਵਜ੍ਹਾ ਤੋਂ ਨਾ ਮੈਨੂੰ ਕੋਈ ਮੈਚ ਲੱਭਣਾ, ਨਾ ਕੋਈ ਫੇਮ ਲੱਭਣੀ ਹੈ, ਅਸੀਂ ਤਾਂ ਤੁਹਾਡੇ ਵਾਸਤੇ ਮਿਹਨਤ ਕਰ ਰਹੇ ਹਾਂ, ਪਰ ਤੁਸੀਂ ਸਾਡੇ ਕੋਲ ਕੋਈ ਸਿੱਖ ਜਾਓ, ਪਰ ਕੋਈ ਨਹੀਂ ਹੈ ਸਾਹ ਸੀ ਕੋਈ ਨਹੀਂ ਸ਼ਗਿਰਦਾਂ ਨੇ ਇਸ ਟਾਈਮ ਕਿੱਥੇ ਦਾ। ਅੱਛਾ, ਤੁਸੀਂ ਪੂਰੇ ਪਾਕਿਸਤਾਨ ਦੇ ਵਿੱਚ ਇੰਟਰਨੈਸ਼ਨਲੀ ਵੀ ਟਰੈਵਲ ਕਰਦੇ ਹੋ, ਤਾਂ ਕਿਹੜੀ ਜਗ੍ਹਾ ਸਭ ਤੋਂ ਅੱਛੀ ਲੱਗੀ ਹੋਵੇ ਕਿ ਜਿੱਥੇ ਬਹੁਤ ਹੀ ਜ਼ਿਆਦਾ ਲੱਭੀ ਹੋਵੇ ਜਾਂ ਕੋਈ ਲੋਕ ਅੱਛੇ ਲੱਗੇ ਹੋਣ ਜਾਂ ਖਾਣਾ ਅੱਛਾ ਲੱਗਾ ਹੋਵੇ, ਕੋਈ ਐਸੀ ਜਗ੍ਹਾ ਪਾਕਿਸਤਾਨ ਵਿੱਚ ਜਾਂ ਇੰਟਰਨੈਸ਼ਨਲ ਕਿਤੇ ਵੀ? ਜਾਂ ਕਸ਼ਮੀਰ ਦੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਫਕਰੇ ਕਸ਼ਮੀਰ ਦਾ ਖਿਤਾਬ ਵੀ ਉਹਨਾਂ ਦਿੱਤੇ ਹੈ, ਔਰ ਚਕਵਾਲ ਜਿਹੜਾ ਹੈ ਉਹਨਾਂ ਵੀ ਸਕਾਫਤ ਨੂੰ ਬੜਾ ਉਜਾਗਰ ਕੀਤੇ ਹੈ, ਚਕਵਾਲ ਉਹ ਕਸ਼ਮੀਰ ਦੇ ਜਿਹੜੇ ਲੋਕ ਨੇ ਨਾ ਉਹ ਖਿਲਾੜੀਆਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਨੇ ਔਰ ਪਿਆਰ ਕਰਦੇ ਨੇ। ਅੱਛਾ, ਜਦੋਂ ਤੁਸੀਂ ਗਏ ਤੋਂ ਅਖਾੜੇ ਦੇ ਵਿੱਚ, ਕੋਈ ਐਸਾ ਮੈਨੂੰ ਵਾਕਿਆ ਦੱਸੋ ਕਿ ਤੁਹਾਨੂੰ ਡਰ ਲੱਗਾ ਹੋਵੇ ਜਾਂ ਤੁਹਾਡਾ ਕੋਈ ਉਹ ਆਦਮ ਸਟਮਕ ਵਿੱਚ ਬਟਰਫਲਾਈ ਹੋ, ਸਟਮਕ ਵਿੱਚ ਕੁਝ ਹੋਇਆ ਵਾ ਯਾਰ ਤਕੜਾ ਪਹਿਲਵਾਨ ਸਾਹਮਣਾ ਆ ਗਿਆ, ਕੋਈ ਐਸਾ ਵਾਕਿਆ ਹੈ? ਜੀ ਮੈਂ ਤਾਂ ਜਿਹੜੇ ਤੁਸੀਂ ਗਰਾਊਂਡ ਵਿੱਚ ਜਾਂਦਾ ਫਿਰ ਸਾਰੇ ਖਿਲਾੜੀ ਮੇਰੇ ਤੋਂ ਅੱਛੇ ਨੇ, ਨਾਮ ਵਾਲੇ ਹੁੰਦੇ ਨੇ, ਪਹਿਲਵਾਨ ਹੁੰਦੇ ਨੇ, ਇਹ ਕੋਈ ਅੱਲਾਹ ਪਾਕ ਦਾ ਮੇਰੇ 'ਤੇ ਖਾਸ ਕਰਾਂ ਮੈਂ ਕਿ ਅੱਲਾਹ ਪਾਕ ਇੱਜ਼ਤ ਨਾਲ ਨਵਾਜ਼ਦਾ, ਨਹੀਂ ਤਾਂ ਡਰ ਤਾਂ ਫਿਰ ਹਰ ਖਿਲਾੜੀ ਨਹੀਂ ਆਉਂਦਾ, ਕਿਉਂਕਿ ਜਿਸ ਟਾਈਮ ਗਰਾਊਂਡ 'ਚ ਤੁਸੀਂ ਇੰਟਰ ਨਾ ਹੁੰਦੇ ਉਸ ਟਾਈਮ ਤੱਕ ਤੁਹਾਨੂੰ ਬੜਾ ਪ੍ਰੈਸ਼ਰ ਤੁਹਾਡੇ 'ਚ ਹੁੰਦਾ, ਅਸੀਂ ਜਿਸ ਟਾਈਮ ਗੇਮ ਸਾਡੀ ਸਟਾਰਟ ਹੋ ਜਾਂਦੀ ਹੈ ਫਿਰ ਅਸੀਂ ਰਿਲੈਕਸ ਹੋ ਜਾਂਦੇ ਹਾਂ, ਮਿਹਨਤ ਕੀਤੀ ਹੁੰਦੀ ਹੈ, ਆਪਣੇ ਆਪ 'ਤੇ ਯਕੀਨ ਹੁੰਦਾ ਕਿ ਇਨਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਫਤਿਹ ਦੇਵੇਗਾ। ਅੱਛਾ, ਕਿਸੇ ਨੇ ਤੁਹਾਨੂੰ ਹਾਇਰ ਕਰਨਾ ਵਾ, ਬੁਲਾਉਣਾ ਹੋਵੇ ਆਪਣੇ ਸ਼ਹਿਰ, ਕਿੰਨੇ ਕੁ ਪੈਸੇ ਦੀ ਜੇਬੀ 'ਚ ਹੋਣੇ ਚਾਹੀਦੇ? ਇਹ ਤਕਰੀਬਨ 5,000 ਰੁਪਈਆ ਅਸੀਂ ਫੀਸ ਲੈਂਦੇ ਹਾਂ ਮੈਚ ਖੇਡਣ ਦੀ, ਔਰ ਦੂਸਰਾ ਗੱਡੀ ਦਾ ਰੈਂਟ ਜਿਹੜਾ ਹੁੰਦਾ ਹੈ 5,000 ਤਾਂ ਬਹੁਤ ਥੋੜ੍ਹੀ ਹੈ, ਇਹ ਵੀ ਕੋਈ ਨਹੀਂ ਦਿੰਦੇ 5,000 ਵੀ, ਫਿਰ ਨਾਲੇ ਵੀ 25,000 ਰੁਪਈਆ ਤੁਸੀਂ ਗੱਡੀ ਦਾ ਰੈਂਟ ਬਣ ਜਾਂਦਾ, ਹੁਣ ਅਸੀਂ ਮੀਆਂ ਵਾਲੀ ਜਾਂ ਮੀਆਂ ਚੰਨੂ ਜਾਂਦੇ ਹਾਂ ਅਤੇ ਉੱਥੇ ਫਿਰ ਰੈਂਟ ਜ਼ਿਆਦਾ ਬਣਦਾ, ਜੇਲਮ ਜਾਣਾ ਹੋਵੇ 10,000 ਰੁਪਈਆ ਗੱਡੀ ਦਾ ਰੈਂਟ ਹੋ ਜਾਏਗਾ। ਹੁਣ ਸਰ ਇਹ ਨਾ ਕਬੱਡੀ ਵਿੱਚ ਸਰਕਲ ਵਿੱਚ ਜਿਹੜਾ ਹੈ ਨਾ ਉਹ ਸਮਝੋ 10-15,000 ਵਿੱਚ ਟੀਮ ਤੁਹਾਡੀ ਰੇਂਜ ਹੋ ਜਾਂਦੀ ਹੈ ਜ਼ਿਲ੍ਹੇ ਦੀ, ਅਤੇ ਇਕੱਲਾ ਬੰਦਾ ਆ ਕੇ ਮੈਨੂੰ 25,000 ਰੁਪਈਆ ਦਿਓ ਤਾਂ ਹੈਰਾਨ ਹੁੰਦੇ ਨੇ, ਕਿਉਂਕਿ ਉਹਨਾਂ ਬਾਹਰ ਜਿਹੜਾ ਖਿਲਾੜੀ ਇੰਟਰਨੈਸ਼ਨਲ ਲੈਵਲ 'ਤੇ ਖੇਡਦੇ ਉਹਦੀ ਤਾਂ ਬਾਹਰ ਡਿਮਾਂਡ ਹੁੰਦੀ ਹੈ ਵੀ 25,000 ਰੁਪਈਆ ਫੀਸ ਕਿਰਾਇਆ ਉਹਦਾ ਬਣ ਜਾਂਦਾ, ਅਤੇ ਲੋਕਲ ਖਿਲਾੜੀ ਜਿਹੜੇ ਨੇ ਉਹ
इतने 10-15 मैच खेल के 3 लाख रुपया ओडी फीस गाड़ी का रेंट और इनामात भी शामिल होंगे ना तो आम जो खिलाड़ी उस गरीब की कमा। अच्छा ज़्यादातर जो पलवान खिलाड़ी आते हैं पिंड थावान तो आते शहर चु क्यों नहीं कोई निकलता सर ग्राउंड की बड़ी मैं आखा गौरमेंट वालों कोई सपोर्ट नहीं सन असी भी अपने पिंड ग्राउंड अपनी जगह पर जमीन बनाया अपने अपना खर्चा करके बनाया ये हर तहसील हर पिंड जिस टाइम ग्राउंड होगा फिर बच्चे खेलों की तरफ आने देते और शौक पैदा होगा ता ही जा शहर आम क्रिकेट हाकी ज़्यादा खेलती है अगर उत्थे भी अच्छे कोच आन कबड्डी की ट्रेनिंग दी जा सके तो माशाल्लाह उत्थे भी अच्छे खिलाड़ी पैदा हो। अच्छा सोशल मीडिया का बड़ी लेट आए हो समझ दो सोशल मीडिया पावर है इस जमाने सर सोशल मीडिया की तो पावर है ना इे जिस टाइम साढ़े उस्ताद खेडते आन उन्होंने वही बंदा जानता जरा आके मैच वेखता ही हूँ असं मैच खेल के अपलोड करते हैं तो अमेरिका में जिते भी बरूने मुल्क भी बंद सारे साडा पता लग गया वा वो खिलाड़ी मैच खेल रहा है हूँ तो माशाल्लाह साड़ी फैन फॉलोइंग जितनी भी ज़्यादा बनी है ये सोशल मीडिया की वजह से बनी। अच्छा फैन फॉलोइंग तो बनी है मैंने ये दसो कद किसी जनानी का ऑफर आया वै के शादी करनी है या असन बहार बुलाते हैं या पैसे देने है, कोई ऐसा वाक्य है जहाँ फिर नंबर साडा काफ़ी ज़्यादा वायरल होंगे फेसबुक से तो फिर कल आदि रहने असं तुहाडे फैन हाँ लड़की कोई वाकया दसो ना जिन्हें तुम हैरान कर दिता होगा फोन ऐसा आया होगा फोन सन आंदा है तो असं जिस टाइम दसते थोड़े फैन है इतने इतने तक तो अभी गल करते हैं जिस टाइम उस तो अगे बढ़ते हैं अभी फिर ब्लॉक कर देते हैं कोई ऑफर कोई ऐसी दसो ना कि जिन्हें की हो रान एक बार सोच पै के हो जरा करा या ना करा ऑफर की सन जरूरत ही नहीं ऑफर वाले पास अभी जा ही नहीं सकते ऑफर वाले जो गल होंगी भी होंगी तो अभी बंद कर देने क्योंकि सन पता है जिस टाइम असं ट्रैक तो हटना है फिर साडा जरा रूज है इज्जत है खत्म हो जानी। अच्छा मंडी बावलदीन एक तो वजह ना मशहूर है वैसे ये खूबी है किस वजह ने वैसे जाने जाता कि ये खूबियत है मंडी बावलदीन शेर का शहर कहते हैं माशाल्लाह इतों के लोग जो बहुत ज़्यादा दलेर नो और बहुत ज़्यादा मेहमान नवाज नो पूरे पाकिस्तान में जो जज नो सब तो ज़्यादा जिला मंडी बावलदीन दिन साढ़े और माशाल्लाह पढ़ने का भी हम बहुत ज़्यादा शौक आ गया साढ़े इतने बहुत ज़्यादा अफसर नो जिले मंडी के और खिलाड़ी भी बहुत अच्छे वालीबॉल के भी कबड्डी के भी हर फील्ड में मंडी बावलदीन बाढ़ चढ़ के अगे जा रहे। अच्छा तुम्हारी तलीम कितनी है? मेरी एस है। अच्छा तुम जिस इंटरनेशनल भी जाते हो कोई तलीम की कमी की वजह ना कोई मसला मसाइल तो नहीं होंगे या तुम समझते हो पढ़ना चाहिए या पढ़ाई जरूरी नहीं ये बारे सर जी मेन जिस बंदे होने जो मेन पसंद करता है वह मेरी गेम की वजह तो पसंद करता है हूँ मैं कोई आके इंग्लिश में गल कर क्योंकि मेरी फील्ड ही नहीं इंग्लिश मैं गल नहीं भी कर सकता तो उन्होंने उसका कोई इतराज़ नहीं उन्हें मैंने गेम तो पसंद करना है मैं गेम अच्छी करनी है फिर कोई मसले नहीं पाकिस्तान तो बाहर जितने भी हूँ कनेडा टूर्नामेंट होंगे न्यूजीलैंड टूर्नामेंट होंगे वो अपनी एक तो जबान पंजाबी प्रमोट करते हैं इंडिया के सिख जो भी पंजाबी बोलते हैं पाकिस्तान के वो भी पंजाबी बोलते हैं तो पंजाबी या उर्दू तो हर खिलाड़ी बंदा बोल ही सकता है तो गेम विच पता लगता है गेम तो वजह तो शोहरत मिली इज्जत मिली है तो गेम अच्छी होनी चाहिए जबान का कोई इशू नहीं। अच्छा आखिरी सवाल मैं मंडी बावलदीन आ रहा राह हर दीवार पर लिखे है फलाना दवाखाना एक इतनी कमजोरी है मंडी बावलदीन या जगह दवाखाने बने कोई डाका था कोई इंडियन था पता नहीं केड़ा केड़ा सर ये हर बंदा अजकल पैसे कमाने के चक्कर में ही है जितने यूट्यूब चैनल या फेसबुक चैनल बन गया ना ये भी असि भी पैसे पिछे लगे यूट्यूब बनाया यूट्यूब चैनल मैं तो हूँ ही बनाया आ रहे हो पैसे जैसे नहीं होने भी जो बिल्कुल 2-4 महीने ही हो बनाया है इतने बंदे आते हैं बस साडे चैनल में प्रमोट करो असी उन्होंने प्रमोट किया है तो माशाल्लाह वही बंदे 5-6 महीने बस आने बस लख लख 2-2 लख कमा रहे हैं कमा किमें रहन साड़ी वीडियो लगा के कमा भी रहन तो हर खिलाड़ी का अपना यूट्यूब फेसबुक चैनल होना चाहिए दुआ खाने वाला जोड़ा वो मैं ही पैगाम देवगा कि तुम जितने भी सोशल मीडिया वाम यूज़ कर दीए वो गंदिया फिल्म गंदे ड्रामे तो बचन जिस टाइम तुम वेखते हो फिर उस टाइम थोड़ा जहन उस साइड वाल जाता है तुम खेलों की तरफ आओ गेमों की तरफ आओ तो इन शाला तुम कोई ये समसला बनने नहीं लगा तो इन्हें बस अपना खाण पीन बनाया दवा खाने वाले कोई मरदाना कमजोरी वाली बीमारी तो आए नहीं मेरी नज़र में मतलब एग्जिस्ट ही नहीं करती जी है ही कौन बीमारी है ही कौन बस। अच्छा मैं ये दसो किस चीज़ का शौक है लोगों को शौक होना गड्डिया मोटरसाइकिल मझा गाव किस चीज़ का तुम्हें शौक है बहुत ज्यादा जहाँ पिछे नज़र आ रहा है डेरा है मेरा डेरे से मझा का मैं शौक है तो नेज़ाबाजी करने का शौक घोड़े घोड़िया का शौक है एक दो घोड़े मैं जितया भी हाँ कितने नज़र नहीं आ
ਨਜ਼ਰ ਇਸ ਵੇਲੇ ਤਾਂ ਨਹੀਂ ਆ ਰਿਹਾ ਕਿਉਂਕਿ ਫਿਰ ਜਦੋਂ ਨੇਜ਼ਾਬਾਜ਼ੀ ਹੁੰਦੀ ਆਈ ਮੈਂ ਉਦੋਂ ਕਬੱਡੀ ਦਾ ਵੀ ਮੈਚ ਆਉਂਦਾ ਆਈ ਕਬੱਡੀ ਦਾ ਮੈਚ ਮਿਸ ਕਰਕੇ ਫਿਰ ਨੇਜ਼ੇਬਾਜ਼ੀ 'ਤੇ ਚਲਾ ਜਾਂਦਾ ਆਈ ਅਤੇ ਉਹ ਫਿਰ ਮੇਰੀ ਗੇਮ ਹੀ ਡਿਸਟਰਬ ਹੋ ਰਹੀ ਸੀ ਮੈਂ ਹੁਣ ਫਿਰ ਆ ਕੇ ਜਿਸ ਟਾਈਮ ਕਬੱਡੀ ਛੱਡੀ ਉਸ ਤੋਂ ਬਾਅਦ ਇਨਸ਼ਾਅੱਲਾ ਨੇਜ਼ੇਬਾਜ਼ੀ ਸ਼ੁਰੂ ਕਰਾਂਗੇ ਗੱਡੀਆਂ ਛੱਡੀਆਂ ਤਾਂ ਨਹੀਂ ਗੱਡੀਆਂ ਦਾ ਵੀ ਸ਼ੌਕ ਹੈ ਇਨਸ਼ਾਅੱਲਾ ਮਿਹਨਤ ਕਰ ਰਹੇ ਹਾਂ ਗੱਡੀਆਂ ਵੀ ਅੱਛੀਆਂ ਅੱਛੀਆਂ ਜਿਹੜੀਆਂ ਮੈਂ ਜਿਹੜੀ ਗੱਡੀ ਵੈਗਨ ਆਰ ਹੋਤੀ ਹੈ ਪਹਿਲੀ ਗੱਡੀ ਹੈ ਤੁਹਾਡੀ ਨਹੀਂ ਇਸ ਤੋਂ ਪਹਿਲਾਂ ਵੀ ਗੱਡੀਆਂ GLI ਵਗੈਰਾ ਗੱਡੀਆਂ ਦਾ ਵੀ ਕੋਈ ਥੋੜ੍ਹਾ ਕਾਰੋਬਾਰ ਕਰੀਦਾ ਸੇਲ ਵੀ ਕਰੀਦੀਆਂ ਪਰਚੇਜ਼ ਵੀ ਚੇਂਜ ਹੁੰਦੀਆਂ ਰਹਿੰਦੀਆਂ ਜੀ ਤਾਂ ਨਾਜ਼ਰੀਨ ਉਮੀਦ ਕਰਦਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੇ ਅੱਛੀ ਲੱਗੀ ਹੋਵੇਗੀ ਇਨਫੋਰਮੇਸ਼ਨ ਵੀ ਤੁਹਾਨੂੰ ਬਹੁਤ ਸਾਰੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਮਜ਼ੀਦ ਵੀਡੀਓ ਦੇਖਣ ਵਾਸਤੇ ਸਾਡਾ ਚੈਨਲ ਲਾਈਕ ਕਰੋ ਅੱਲਾ ਹਾਫਿਜ਼ ਅੱਲਾ ਨਿਗਬਾਨ ਪਾਕਿਸਤਾਨ ਜ਼ਿੰਦਾਬਾਦ ਜੀ ਆਪਣੀ ਜ਼ਿੰਦਗੀ ਦਾ ਬੈਸਟ ਪ੍ਰੋਗਰਾਮ ਜ਼ਿੰਦਗੀ ਆਪਣੀ